ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਪਰ ਇਹ ਸਾਰੇ ਦਾਅਵੇ ਜ਼ਮੀਨੀ ਪੱਧਰ ਤੇ ਖੋਖਲੇ ਸਾਬਿਤ ਹੋ ਰਹੇ ਹਨ। ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ ਕੇ ਸਾਹਮਣੇ ਆਏ ਜਦੋਂ ਪਿੰਡ ਵਾਸੀਆਂ ਨੂੰ ਵੰਡੀਆਂ ਜਾ ਰਹੀਆਂ ਤਰਪਾਲਾਂ ਫਟੀਆਂ ਹੋਈਆਂ ਨਿਕਲੀਆਂ। ਪਿੰਡ ਰੇਤੇ ਵਾਲੀ ਭੈਣੀ ਵਿੱਚ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਪਿੰਡ ਵਾਸੀਆਂ ਨੂੰ ਵੰਡੀਆਂ ਜਾ ਰਹੀਆਂ ਜ਼ਿਆਦਾਤਰ ਤਰਪਾਲਾਂ ਫਟੀਆਂ ਹੋਈਆਂ ਨਿਕਲੀਆਂ। ਇਹਨਾਂ ਤਰਪਾਲਾਂ ਵਿੱਚ ਵੱਡੇ ਵੱਡੇ ਛੇਕ ਸਨ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਕੁਝ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਇਹਨਾਂ ਤਰਪਾਲਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਫਟੀਆਂ ਤਰਪਾਲਾਂ ਦੇ ਕੇ ਰਾਹਤ ਦੇਣ ਦੀ ਬਜਾਏ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਦੇ ਲੋਕ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਹਨ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤਗੜ ਦੀ ਰਿਪੋਰਟ। ਤਰਪਾਲਾਂ ਦੇ ਰਹੇ ਨੂੰ, ਇਹ ਬੜੀਆਂ ਵਧੀਆ ਦੇ ਰਹੇ ਨੂੰ। ਸਮਾ ਸਾਹਿਬ ਮੌਕੇ 'ਤੇ ਆਇਆ ਹੈ, ਪਾਠੀਓ ਇਹ ਤਰਪਾਲਾਂ ਲਿਆ ਅਤੇ ਇੱਥੇ ਸਾਡੇ ਮੌਕੇ 'ਤੇ ਸੱਟ ਗਿਆ ਹੈ। ਇਹ ਚੰਗਾ ਕੰਮ ਇਹਦਾ, ਇਹਨੂੰ ਬਣਾਇਆ ਅਸੀਂ, ਇਹਨੇ ਵੋਟਾਂ ਲਏ ਅਤੇ ਸਾਡੇ ਨਾਲ ਇਹੋ ਜਿਹੇ ਹਾਲਾਤ ਵਿਖਾਏ, ਆਹ ਉਹਦਾ ਕਰ ਇਹੋ ਜਿਹੀਆਂ ਪਾਠੀਆਂ ਤਰਪਾਲਾਂ ਦਿੱਤੀਆਂ, ਸਮਾਨ ਅਸੀਂ ਢੱਕਣਾ ਹੈ ਤੁਹਾਡੇ ਵਾਸਤੇ, ਸਾਰਾ ਕੁਛ ਮੈਂ ਦੇ ਰਿਹਾ। ਕੀ ਦੇ ਰਿਹਾ ਸਮਣਾ ਸਾਹਿਬ? ਹਾਂਜੀ ਸਭ ਇੰਜੀ, ਇਹ ਸਭ ਇਵੇਂ ਇੱਕੋ ਮੇਲ ਹੀ ਆ। ਇਹਦਾ ਇੱਕ ਸੱਤ ਦਾ ਹੈਗਾ, ਆਪਾਂ ਨਹੀਂ ਵੇਖਾ, ਆਪਾਂ ਐਵੇਂ ਕਿਹਾ ਕਿ ਕਿੰਨੇ ਦਾ, ਆਹ ਵੇਖ ਲਓ, ਆਹ ਵੇਖ ਲਓ ਕਿੰਨੇ, ਆਹ ਵਿੱਚੋਂ ਬਰਾਬਰ ਹੀ ਲੱਗ ਜਾ, 8-10 ਜਣੇ ਲੱਗ ਸਕਦੇ ਨੂੰ, ਟਰੱਕ ਹੀ ਲੱਗ ਸਕਦਾ ਸਿੱਧਾ। ਮਜ਼ਾਕ ਕੀ ਮਜ਼ਾਕ, ਸਾਡੇ ਨਾਲ ਸਾਰਾ ਸਾਥ ਮਜ਼ਾਕ ਕਰ ਰਿਹਾ। ਕੁਛ ਨਹੀਂ ਮਿਲਿਆ, ਪੱਠੇ ਮਿਲੇ ਨੂੰ ਤਾਂ ਉਹ ਜ਼ਿਮੀਦਾਰਾਂ ਤੋਂ ਮਿਲੇ ਨੂੰ, ਇਹਦੇ ਵੱਲੋਂ ਕੁਛ ਨਹੀਂ ਮਿਲਿਆ ਸਾਨੂੰ। ਹਾਂ ਕਿਸਾਨ ਦੇ ਰਹੇ ਨੂੰ, ਰਾਸ਼ਨ ਆਇਆ ਕਿ ਨਹੀਂ ਆਇਆ? ਨਹੀਂ ਆਇਆ, ਕੁਛ ਵੀ ਨਹੀਂ ਆਇਆ, ਨਹੀਂ ਆਇਆ। ਮੰਗ ਕਰਨੇ ਦੇ ਦੇਣਾ ਤੇ ਚੱਜ ਨਾ ਦਿਓ ਪੈਸੇ ਤਾਂ ਤੂੰ ਆ ਗਏ ਤੇ ਨਹੀਂ ਤਾਂ ਨਾ ਦੇਣ। ਫਟੀਆਂ ਹੋਈਆਂ ਆਮ ਆਦਮੀ ਪਾਰਟੀ ਦੇ ਕੰਮ ਮਿਹਨਤ ਵੀ ਜਿਹੜੀ ਤਰਪਾਲਾਂ ਦਿੱਤੀ ਜਾਂਦੇ ਨੇ, ਤੇ ਹੋਰ ਕੀ ਹੈ, ਇਹ ਤਾਂ ਮਜ਼ਾਕ ਉਡਾਈ ਜਾਂਦੇ ਨੇ ਵੀ ਤਰਪਾਲਾਂ ਥੋੜ੍ਹਾ ਦਿੱਤੀ ਜਾਂਦੇ ਨੇ ਤਾਂ ਐਂ ਪੋਤੜੇ ਜਿਹਾ, ਨਾ ਕਿਸੇ ਕੰਮ ਦੇ ਨਕਾਰ ਦੀ। ਪੂਰੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ, ਕਿਸੇ ਨੂੰ 5 ਫੁੱਟ ਦੀ ਮਿਲਦੀ, ਕਿਸੇ ਨੂੰ 10 ਫੁੱਟ ਦੀ ਮਿਲਦੀ। ਜਿਹੜੇ ਆਗੂ ਲੀਡਰ ਨੇ 2-3-4 ਬੰਦੇ ABC ਉਹ ਆ ਗਏ, ਉਹਨਾਂ ਨੇ ਪਹਿਲੇ 30-30 ਰੱਖ ਲਈਆਂ 40-40। ਤਾਂ ਜਿਹੜੀਆਂ ਫਟੀਆਂ ਤਰਪਾਲਾਂ ਕਿੰਨੀਆਂ ਕੁ ਹੁਣ ਤੱਕ ਮਿਲੀਆਂ ਤੁਹਾਨੂੰ? ਘੱਟ ਤੋਂ ਘੱਟ ਜੀ 50 ਕੁ ਆ ਗਈ ਹੈ। ਹਾਂ ਕੋਈ ਸਹੀ ਵੀ ਹੈ, ਮਾੜੀ ਮੋਟੀ ਆ। ਹਾਂ ਉਹ ਘਰ ਜਾ ਕੇ ਖੋਲਣਗੇ ਪਤਾ ਲੱਗੇਗਾ ਜੀ। ਮੰਗ ਇਹ ਹੈ ਵੀ ਸਾਡਾ ਮਜ਼ਾਕ ਨਾ ਉਡਾਇਆ ਜਾਵੇ, ਜੇ ਦੇਣੀ ਚੀਜ਼ ਡੰਗ ਨਾ ਦੇਵਣ। ਇਸ ਤਰ੍ਹਾਂ ਨਹੀਂ ਵੀ ਜੇ ਪੱਠੇ ਆਉਣ ਤਾਂ ਵੀ ਉਹ ਰਿੱਛਾ ਤਰ੍ਹਾਂ ਪੈ ਜਾਂਦੇ ਆ ਵੀ ਆਪਾਂ ਦੇ ਲਵਾ ਲਓ ਜੀ। ਇਹ ਤਾਂ ਹੈ ਨਹੀਂ ਵੀ ਕਿਸੇ ਨੂੰ ਇੱਕ ਨੂੰ ਦਿੰਦੇ ਨੇ ਪੱਠਾ, ਆਪੇ ਲਾਉਣੇ ਪੈਂਦੇ ਨੇ ਟਰਾਲੀਆਂ ਤੋਂ, ਕੋਈ ਮਦਦ ਨਹੀਂ ਮਿਲਦੀ। ਮੇਰਾ ਨਾਮ ਸਰ ਵਿਸ਼ਵ ਕੀਰਤੀ। ਇੱਥੇ ਜੀ ਇਹ ਤਰਪਾਲਾਂ ਵੰਡੀਆਂ ਜਾ ਰਹੀਆਂ ਜੀ? ਹਾਂਜੀ ਸਰ। ਤੇ ਇਹ ਕੁਝ ਲੋਕਾਂ ਦਾ ਕਹਿਣਾ ਜੀ ਉਹਨਾਂ ਨੂੰ ਫਟੀਆਂ ਤਰਪਾਲਾਂ ਮਿਲ ਰਹੀਆਂ ਜੀ, ਇਹ ਕੀ ਕਾਰਨ ਹੋ ਸਕਦਾ ਜੀ? ਨਹੀਂ ਸਰ, ਜੋ ਸਾਡੀ ਵੰਡਣ ਦੀ ਡਿਊਟੀ ਹੈ, ਜੋ ਪਿੱਛੋਂ ਆ ਰਿਹਾ ਸੀ ਉਹੀ ਵੰਡ ਰਹੇ ਹਾਂ, ਜੋ ਪ੍ਰਸ਼ਾਸਨ ਸਾਨੂੰ ਪ੍ਰੋਵਾਈਡ ਕਰਾ ਰਿਹਾ। ਜ਼ਿਆਦਾ ਨਹੀਂ ਫਟੀਆਂ ਹੋਈਆਂ ਸਰ, ਮਾੜੀ ਮੋਟੀ ਕੋਈ ਹੋਏਗੀ, ਇੱਕ ਅੱਧੀ ਤਾਂ ਹੋਏਗੀ। ਤੁਹਾਡੇ ਸਾਹਮਣੇ ਕੋਨੇ ਟਰਾਲੀ ਆਈ ਹੈ, ਜੋ ਪਿੱਛੋਂ ਆਇਆ ਉਹ ਹੀ ਦੇ ਰਹੇ ਹਾਂ, ਇਹਦੇ ਬਾਰੇ ਸਰ ਮੈਨੂੰ ਨਹੀਂ ਪਤਾ।